ਅੱਜ ਆਪਾਂ ਚੱਲਦੇ ਹਾਂ ਇੱਕ ਹੋਰ ਜਗ੍ਹਾ, ਤੁਹਾਨੂੰ ਦਿਖਾਉਂਦੇ ਬਾਹਰ ਜਾ ਕੇ। ਪਹਿਲਾਂ ਆਪਾਂ ਚੰਦਰ ਲੱਗ ਗਏ, ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਅੱਜ ਮੌਸਮ ਵਧੀਆ ਆ, ਨਹੀਂ ਤਾਂ ਮੀਂਹ ਪਈ ਜਾਂਦੇ ਆ। ਜਿੱਥੋਂ ਆਪਾਂ ਨੇ ਜਾਣਾ ਪਬਲਿਕ ਲਾਇਬ੍ਰੇਰੀ, ਆਪਾਂ ਸਾਈਕਲ ਵੀ ਲੈ ਸਕਦੇ ਹਾਂ ਪਰ ਇਹ ਆਪਾਂ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ, ਇਸ ਲਈ ਆਪਾਂ ਇਹਨੂੰ ਇਗਨੋਰ ਕਰੀਏ। ਤੁਰ ਕੇ ਚਲੇ ਜਾਵਾਂਗੇ ਕਿਉਂਕਿ ਨੇੜੇ ਹੀ ਆ ਲਾਇਬ੍ਰੇਰੀ, ਇੰਨੀ ਵੀ ਦੂਰ ਨਹੀਂ ਆ, 1 ਕਿਲੋਮੀਟਰ ਹੋਊਗੀ ਵੱਧ ਤੋਂ ਵੱਧ। ਚਲੋ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ। ਉੱਥੇ ਵੀ ਦੇਖ ਲਓ ਲੋਕ ਟੈਂਟ ਲਾਈ ਬੈਠੇ ਆ, ਜਿਨ੍ਹਾਂ ਕੋਲ ਘਰ ਨਹੀਂ ਹੈਗੇ। ਬਹੁਤ ਇੱਧਰ ਇੱਥੇ ਨੇ ਜ਼ਿਆਦਾਤਰ, ਵੈਸੇ ਹੋਰ ਤਾਂ ਕਿਤੇ ਹੈ ਨਹੀਂ ਹੈਲੀਫੈਕਸ ਆਈ ਥਿੰਕ। ਆਪਾਂ ਵੀ ਲਾਇਬ੍ਰੇਰੀ ਪਹੁੰਚਣ ਵਾਲੀ ਹਾਂ ਬਸ, ਉੱਥੋਂ ਆਪਾਂ ਨੇ ਰਾਈਟ ਦੇਣਾ ਅਤੇ ਲਾਇਬ੍ਰੇਰੀ ਅੱਗੇ ਆ, ਉਹ ਸਾਹਮਣੇ ਪਬਲਿਕ ਗਾਰਡਨ ਵੀ ਹੈ ਇੱਕ। ਹਾਏ ਹਾਏ ਪਬਲਿਕ ਗਾਰਡਨ, ਆਪਾਂ ਜਾਣਾ ਇੱਧਰ। ਲਓ ਜੀ ਆ ਗਈ ਲਾਇਬ੍ਰੇਰੀ, ਲਓ ਅੰਦਰ ਚੱਲਦੇ ਹਾਂ ਆਪਾਂ, ਇਹ ਦੇਖਦੇ ਹਾਂ ਕੀ ਆ ਅੰਦਰ। ਆਪਾਂ ਨੇ ਪ੍ਰਿੰਟ ਆਊਟ ਕੱਢਣੇ ਸੀਗੇ ਦੋ ਤਿੰਨ, ਅਤੇ ਤੁਹਾਨੂੰ ਦਿਖਾਉਂਦੇ ਵੀ ਕਿਵੇਂ ਪ੍ਰਿੰਟ ਕੱਢਦੇ ਹਾਂ। ਥੈਂਕ ਯੂ ਜੀ। ਲੈਣ ਲੱਗੀ ਆ, ਉੱਪਰ ਚੱਲਦੇ ਆਪਾਂ, ਉੱਪਰ ਵੀ ਮਸ਼ੀਨਾਂ ਹੈਗੀਆਂ ਨੇ ਪ੍ਰਿੰਟ ਆਊਟ। ਉੱਪਰ ਵਾਲੀ ਮਸ਼ੀਨ ਤਾਂ ਹੈਗੀ ਖਰਾਬ, ਆਪਾਂ ਨੂੰ ਥੱਲੇ ਹੀ ਜਾਣਾ ਪੈਣਾ। ਚਲੋ ਥੱਲੇ ਦੇਖਦੇ ਹਾਂ ਜੀ, ਇੱਥੇ ਪ੍ਰਿੰਟ ਕਰਦੇ ਆਪਾਂ। ਆਪਾਂ ਸਿਰਫ ਆਹ ਸਕੈਨ ਕਰਨਾ ਹੈ, ਹੁਣ ਆਪਾਂ ਨੇ ਇੱਥੇ ਆਪਣੇ ਈਮੇਲ ਐਂਟਰ ਕਰ ਲਓ ਅਤੇ ਆ ਜਾਏਗਾ ਸਾਰਾ ਕੁਛ। ਦੇਖੋ ਆਪਾਂ ਨੇ ਸੈਂਡ ਕੀਤਾ ਸੀਗਾ, ਇਹਨਾਂ ਚੈੱਕ ਕਰ ਲਾਂਗੇ। ਪ੍ਰਿੰਟ 'ਤੇ ਕਲਿੱਕ ਕਰਨਾ ਔਨ ਦੀ ਟੈਸਟ, ਤੁਹਾਨੂੰ ਪੇਮੈਂਟ ਕਰ ਦੇਣੀ ਆਪਣੇ ਇੱਥੇ। ਟੈਸਟ ਹੋ ਗਈ ਆ, ਇੱਧਰ ਆਪਣਾ ਪ੍ਰਿੰਟ ਨਿਕਲ ਆਏ ਨੇ। ਬਸ ਇੰਨਾ ਕੀ ਕੰਮ ਹੁੰਦਾ ਇੱਥੇ। ਚਲੋ ਆਪਾਂ ਕੰਮ ਤਾਂ ਹੋ ਗਿਆ, ਹੁਣ ਚੱਲੀਏ ਆਪਾਂ ਬਾਹਰ। ਲਓ ਜੀ ਆ ਗਿਆ ਇੱਕ ਸਟੋਰ, ਲੋ ਅੰਦਰ ਦਿਖਾਉਂਦੇ ਤੁਹਾਨੂੰ। ਇਹ ਵੀ ਹੈਲੀਫੈਕਸ ਡਾਊਨ ਟਾਊਨ 'ਚ ਆ। ਭੀੜ ਵਾਲੀ ਅੱਜ, ਅੱਗੇ ਤਾਂ ਖਾਲੀ ਪਿਆ ਹੁੰਦਾ, ਅੱਜ ਭਰਿਆ ਪਿਆ।
ਤੇ ਆ ਗਏ ਆਪਾਂ ਸਮਾਨ ਦੇਖਦੇ ਅੰਦਰ ਕੀ ਕੀ ਆ ਐਨਕਾਂ ਪਤਾ ਹੀ ਆ ਐਨਕ ਤਾਂ ਨਹੀਂ ਗਾ ਜਾਂਦੀ ਉਹ ਇੱਥੇ ਵੀ ਸਾਰਾ ਕੁਛ ਮਿਲ ਜਾਂਦਾ ਜਿਵੇਂ ਵਾਲਮਾਰਟ 'ਚ ਹੁੰਦਾ ਪਰ ਇਹ ਛੋਟਾ ਸਟੋਰ ਵਾਲਮਾਰਟ ਨਾਲ ਤਾਂ ਕਾਫੀ ਅਲੱਗ ਆ ਪਰ ਚੀਜ਼ਾਂ ਮਿਲ ਹੀ ਜਾਂਦੀਆਂ ਉਹਨਾਂ ਨੂੰ ਹੁਣ ਆਪਾਂ ਚੱਲੇ ਜੀ ਵਾਪਸ ਕਿਉਂਕਿ ਸਾਡੇ ਫੋਨ ਦੀ ਬੈਟਰੀ ਹੋ ਗਈ ਡਾਊਨ ਬਾਕੀ ਬਲੋਗ ਤੁਹਾਨੂੰ ਸ਼ਾਮ ਦਿਖਾਵਾਂਗੇ ਵਾਟਰਫਰੰਟ ਵੀ ਦਿਖਾਵਾਂਗੇ ਹੈਲੀਪੈਕਸ ਦਾ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਸ਼ਾਮ ਨੂੰ।